ਅਮਾਜ਼ਨ ਐਫ ਬੀਏ ਦਾ ਖਰਚਾ ਕਿੰਨਾ ਇੱਕ ਪ੍ਰੋਡਕਟ ਤੇ ਅਜੋ ਦਿਖਾਉਂਦਾ ਮੈਂ ਅਮਾਜ਼ਨ ਤੇ ਆ ਗਏ ਡਾਲਰ ਦੇ ਵਿੱਚ ਦਿਖਾਉਂਦਾ ਅਲੀ ਬਾਬਾ ਤੇ ਵੀ ਡਾਲਰ ਦੇ ਵਿੱਚ ਅਮਾਜ਼ਨ ਬੈਸਟ ਸੇਲ ਚੂਜ਼ ਕਰਨਾ ਕੋਈ ਪ੍ਰੋਡਕਟ ਲੈ ਲੈਣੇ ਬਦਾਉਰ ਮਾਰ ਕੇ ਆਲਾ ਆ ਦੇਖ ਸਕਦੇ ਹਾਂ 11.5 ਡਾਲਰ ਦਾ ਬਿਕ ਰਿਅ ਅਮਾਜ਼ਨ ਤੇ ਕਲਿੱਕ ਕਰੋ ਇਹਦੇ ਤੇ ਇਹਦਾ ਰੇਟ ਦੇਖੋ ਉਸ ਤੋਂ ਬਾਅਦ ਮੇਰੇ ਕੋਲ ਉੱਪਰ ਐਪ ਆ ਉਸ ਦੇ ਵਿੱਚ ਰੇਟ ਦੇਖਦੇ ਹਾਂ ਕਿੰਨਾ ਇਹ ਮਾਰਜਨ ਕਮਾਉਂਦਾ ਇੱਕ ਮਹੀਨੇ ਦੇ ਵਿੱਚ 2 ਲੱਖ ਤੋਂ ਵੀ ਉੱਪਰ ਜਾਂਦਾ ਵਧੀਆ ਆ ਇਸੇ ਤਰ੍ਹਾਂ ਸੇਮ ਅਸੀਂ ਇਹਦੀ ਫੋਟੋ ਕਾਪੀ ਕਰਾਂਗੇ ਇੱਥੋਂ ਤੇ ਆ ਲੀਬਾਤੇ ਚੱਲਦੇ ਆਂ ਸੇਮ ਇਹਦੇ ਵਿੱਚ ਦੇਖਦੇ ਆਂ ਪ੍ਰੋਡਕਟ ਥੱਲੇ ਹੈਗਾ ਕਿ ਨਹੀਂ ਹੈਗਾ ਤੇ ਆ ਥੱਲੇ ਪ੍ਰੋਡਕਟ ਪਿਆ 2 ਡਾਲਰ ਦਾ ਐਸਟੀਮੇਟ ਲੱਗਾ ਹੋਇਆ Amazon ਤੇ ਗਿਆ 1.5 ਡਾਲਰ ਦਾ ਤੋਂ ਬਾਅਦ ਇਹਦੇ ਵਿੱਚ ਦੇਖਦੇ ਆਂ 1.5 ਰੇਟ ਆ ਉਸ ਤੋਂ ਬਾਅਦ ਸ਼ਿਪਿੰਗ ਖਰਚਾ ਉਹਨਾਂ ਦਾ ਫੀਲਿੰਗ ਖਰਚਾ ਤੇ ਟੈਕਸ ਵਗੈਰਾ ਕੱਟ ਹੋ ਕੇ ਪ੍ਰੋਡਕਟ ਦਾ ਰੇਟ ਕੱਢ ਕੇ 4.5 ਡਾਲਰ ਸਾਨੂੰ ਬਚਦੇ ਇਸ ਤਰ੍ਹਾਂ ਪਲਾਨਿੰਗ ਕਰਕੇ ਫਿਰ ਖਰੀਦਣਾ ਤੇ ਫਿਰ ਵੇਚਣਾ ਪੈਂਦਾ ਪੁੱਡਾ